अस्सलाम वालेकुम, की हाल चाल है ताडा? ठीक ठाक हो तुसी सारे? कैसी तबीयत है ताडी सारियां दी? अल्लाह करे तुसी सारे हंसते रहो ते वास्ते रहो। लै भी देखो नाश्ता तैयार है। ऐ मेरे हसबेंड दा नाश्ता वे, ते ऐ वे जी मेरा नाश्ता, दो अदद अंडे, ऐ देख लो तुहानू जल्दियां नज़र आ रही होणगियां, और एक स्लाइस ब्रेड दा, और नाल चाय। रोज़ाना दा ही नाश्ता, भावें किन्ने भी क्लिप लै लवां, कदी कदी मैं चेंज करनी आ। ज़्यादातर असीं बॉयल अंडा खाणी सा, लेकिन अज कल मैनू मुझे तो तेरी लत लग गई लग गई। तो मैंने फ्राई अंडा बचपन तो बड़ा पसंद है, लेकिन हूँ की करिए, मजबूरन बॉयल खाना पैंदा। काफ़ी दिन हो गए ने मैं फिर फ्राई अंडे ते आ गई हूँ। वैसे मैं वॉक कर रही हूँ, देखो भाई खुला तजाद है कि नहीं। बीन्स पा के ते नाल पाने असी टमाटर, पुदीना, प्याज, हरी मिर्च, ते दो आड़ू भी पेस। मैं कहा चलो अभी बिच पा दें, मज़ेदार सैलड बना के असी खाने। मेहनत वसूल हो गई है साड़ी। असी बड़ी थोड़ी कटिंग शटिंग करके पुदीना भी पाया है, गुआड़ू पे सन वो मैं पा ले, टमाटर पा लिया, हरी मिर्च पा ले, ते पुदीना पा लिया। चलो भी सारा बड़े उबाले जड़े सन, असी एक सैलड बना लिया भी, और खा के देखने। फर्स्ट टाइम बनाया, यकीन मनो मैं झूठ नहीं बोला कि दूसरे सैलड तो बनते ने, तो बीनस वाला जड़ा ना मैं पहली दफ़ा बनाया वे, और खा के देखने। ਵੀ ਆਪਣੀਆਂ ਤਰੀਫਾਂ ਆਪ ਹੀ ਕਰੀ ਜਾਓ, ਹੋਰ ਕਿਸੇ ਨੇ ਤਾਂ ਕਰਨੀਆਂ ਨਹੀਂ ਨੇ, ਤਾਂ ਆਪ ਹੀ ਕਰੀ ਜਾਓ। ਪਰ ਨਹੀਂ, ਬਾਕੀ ਮਜ਼ਾਕ ਤੋਂ ਇਲਾਵਾ ਬਹੁਤ ਅੱਛਾ ਬਣਿਆ ਵੇ, ਅਤੇ ਦੁਪਹਿਰ ਨੂੰ ਖਾਣ ਵਾਸਤੇ ਅੱਛਾ। ਵੈਸੇ ਜ਼ਿਆਦਾਤਰ ਅਸੀਂ ਦੁਪਹਿਰ ਨੂੰ ਇਸ ਤਰ੍ਹਾਂ ਵੀ ਕਿ ਚਨੇ ਬੋਇਲ ਕਰਕੇ ਮੈਂ ਰੱਖ ਲੈਂਦੀ ਹਾਂ, ਅਸੀਂ ਉਹ ਖਾ ਲੈਂਦੇ ਹਾਂ। ਪਰ ਇਹ ਬੜਾ ਇਹ ਵੀ ਸਵਾਦ ਹੈ, ਬੜਾ ਸਵਾਦ, ਬਹੁਤ ਚੰਗਾ। ਬਚਪਨ ਦੇ ਜ਼ਮਾਨੇ ਯਾਦ ਆ ਗਏ, ਅਸੀਂ ਆਪਣੇ ਪੁਰਾਣੇ ਦੌਰ 'ਚ ਚਲੇ ਜਾਂਦੇ ਹਾਂ ਥੋੜ੍ਹੇ ਜਿਹੇ ਮੈਮੋਰੀਜ਼ ਵਿੱਚ, ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਨਹੀਂ ਸਨ, ਪਰ ਉਬਲੇ ਚਲੇ ਅਤੇ ਚੀਜ਼ਾਂ ਤਾਂ ਅਸੀਂ ਖਾਂਦੇ ਹੀ ਸਾਂ, ਪਰ ਘਰਾਂ ਵਿੱਚ ਕੁੱਟੀਆਂ ਜਾਂਦੀਆਂ ਸਨ ਚਟਨੀਆਂ, ਲਸਣ ਦੀ ਚਟਨੀ ਅਤੇ ਪਿਆਜ਼ ਦੀ ਚਟਨੀ, ਅਨਾਰਦਾਨੇ ਵਾਲੀ ਚਟਨੀ, ਚਟਨੀ ਦੀ ਬੇਸ਼ੁਮਾਰ ਕਿਸਮ। ਇੱਕ ਨਹੀਂ ਕਿ ਬੰਦਾ ਕਹੇ ਬਈ ਇਹ ਚਟਨੀ, ਬਹੁਤ ਸਾਰੇ ਘਰਾਂ 'ਚ ਬਹੁਤ ਸਾਰੀ ਵਰਾਇਟੀ ਬਣਦੀ ਸੀ, ਮੁਖਤਲਿਫ ਕਿਸਮ ਦੀਆਂ ਚਟਨੀਆਂ, ਉਹ ਰੋਟੀ ਦੇ ਨਾਲ ਲਾ ਕੇ ਜ਼ਰੂਰ ਖਾਧੀ ਜਾਂਦੀ ਸੀ। ਸਾਡੇ ਘਰ ਜ਼ਿਆਦਾਤਰ ਅਨਾਰਦਾਨੇ ਵਾਲੀ ਚਟਨੀ ਬੜੀ ਮਸ਼ਹੂਰ ਸੀ, ਵੀ ਅਨਾਰਦਾਨਾ ਪਾਉਣਾ, ਪਿਆਜ਼ ਗੰਢਾ ਪਾਉਣਾ, ਗੰਢਾ ਪਾਉਣਾ ਅਤੇ ਅਨਾਰਦਾਨਾ ਪਾਉਣਾ, ਅਤੇ ਟਮਾਟਰ ਅਤੇ ਹਰੀਆਂ ਮਿਰਚਾਂ ਅਤੇ ਪੁਦੀਨਾ, ਅਤੇ ਦੇ ਤਰੇ ਦੀ ਫਿਰ ਜਿਹੜਾ ਨਾ ਉਹ ਕੋਨੀ ਨੂੰ ਲੱਗਦਾ ਸੀ ਫਿਰ ਜ਼ੋਰ, ਅਤੇ ਫਿਰ ਉਸ ਤੋਂ ਬਾਅਦ ਉਹ ਬੜੀ ਅੱਛੀ ਜਿਹੀ ਚਟਨੀ ਤਿਆਰ ਹੋ ਜਾਂਦੀ ਸੀ, ਉਹ ਫਿਰ ਖਾਣੀ, ਅਨਾਰਦਾਨੇ ਦਾ ਜ਼ਾਇਕਾ ਆਉਣਾ, ਬੜਾ ਮਜ਼ੇਦਾਰ ਲੱਗਣਾ। ਲਸਣ ਦੀ ਵੀ ਬਣਦੀ ਹੈ ਕਿ ਤੁਸੀਂ ਨਾਲ ਲਸਣ ਪਾ ਲਵੋ ਅਤੇ ਨਾਲ ਟਮਾਟਰ, ਹਰੀਆਂ ਮਿਰਚਾਂ, ਧਨੀਆ ਪਾ ਕੇ ਬਣਾ ਲਓ। ਬਹੁਤ ਸਾਰੀਆਂ ਚਟਨੀਆਂ ਇਸ ਤਰ੍ਹਾਂ ਬਣਦੀਆਂ ਹੁੰਦੀਆਂ ਸਨ, ਅਤੇ ਅਸੀਂ ਰੋਟੀ ਦੇ ਨਾਲ ਖਾਂਦੇ ਹੁੰਦੇ ਸਨ। ਨਾਲ ਨਾਲ ਥੋੜ੍ਹਾ ਥੋੜ੍ਹਾ ਸਾਲਣ ਲੈਣਾ, ਅਤੇ ਨਾਲ ਨਾਲ ਥੋੜ੍ਹਾ। ਹੁਣ ਇਹ ਵੀ ਕਿ ਸੈਲਡ ਦੀ ਤਰਫ ਲੋਕ ਆ ਗਏ ਨੇ, ਇਹ ਵੀ ਅੱਛੀ ਚੀਜ਼, ਹੈਲਦੀ ਚੀਜ਼ ਹੈ, ਲੇਕਿਨ ਆਪਣੀਆਂ ਚਟਣੀਆਂ, ਪਰ ਲਾਜ਼ਮੀ ਜੀ ਗੱਲ ਹੈ, ਹੁਣ ਕੌਣ ਕੁੱਟੇ? ਪਹਿਲੇ ਦੌਰ ਤਾਂ ਬਹਿ ਕੇ ਕੂੜੀਆਂ 'ਚ ਕੁੱਟਦੀਆਂ ਹੁੰਦੀਆਂ ਸਨ, ਹੁਣ ਜ਼ਿਆਦਾਤਰ ਆ ਗਈਆਂ ਨੇ ਮਸ਼ੀਨਾਂ ਨੇ ਉਹਨਾਂ ਦੀ ਜਗ੍ਹਾ ਲੈ ਲਈਏ, ਪਰ ਇਹ ਵੀ ਉਹ ਟੇਸਟ ਨਹੀਂ ਆਉਂਦਾ। ਅਗਰ ਤੁਸੀਂ ਕੋਈ ਚਟਨੀ ਜਾਂ ਕੋਈ ਇਸ ਤਰ੍ਹਾਂ ਦੀ ਬਣਾ ਵੀ ਲੈਂਦੇ ਹੋ, ਕਿਉਂਕਿ ਉਹ 'ਚ ਪਾਣੀ ਪਾਉਣਾ ਪੈਂਦਾ, ਉਹ ਲਿਕੁਇਡ ਜਿਹੀ ਹੋ ਜਾਂਦੀ ਹੈ, ਉਹ ਟੇਸਟ ਨਹੀਂ ਆਉਂਦਾ ਜਿਹੜੀ ਕੂੜੀ ਵਿੱਚ ਕੁੱਟ ਕੇ ਚਟਨੀ ਖਾਧੀ ਜਾਂਦੀ ਸੀ। ਪਰ ਇਹ ਵੀ ਕਿ ਜ਼ਮਾਨੇ ਦੇ ਨਾਲ ਨਾਲ ਫਿਰ ਚੀਜ਼ਾਂ ਬਦਲਦੀਆਂ ਨੇ, ਅਤੇ ਚਲੋ ਵੀ ਕੋਈ ਨਹੀਂ, ਅਸੀਂ ਵੀ ਬਦਲ ਗਏ ਹਾਂ ਥੋੜ੍ਹੇ ਜਿਹੇ, ਕੋਈ ਮਸਲਾ ਨਹੀਂ। ਜ਼ਮਾਨੇ ਦੇ ਨਾਲ ਨਾਲ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਵਾ। ਜੈਸਾ ਦੇਸ ਵੈਸਾ ਭੇਸ। ਸਲਾਮ ਅਲੈਕੁਮ, ਸ਼ਾਮ ਕਾ ਸਲਾਮ, ਸ਼ਾਮ ਕਾ ਸਲਾਮ। ਚਲੋ ਵੀ ਦੋ ਟਾਈਮ ਸਲਾਮ ਅਸੀਂ ਕਰ ਲੈਂਦੇ ਹਾਂ,
क्योंकि बाहर जो निकल गया वो ऐसी आदत बचपन की बनी हुई है ना कि बचपन कभी फिर भुलदा नहीं है कि बस वो इस तरह ही होंदा वे कि पेरेंट्स सिखाते हैं कि भाई सलाम करो सानू सलाम सिखाने ते बड़ी तवज्जो की जाती सी असीं बच्चों हुण सिखाने आ पर एवे समय धुप भी पैंदी है नज़र नहीं पी आंदा कुछ तो बहरहाल एवे कि असीं भी सिखाने आ ते इह करना वो भी यही होंदा कि जिहनूं मिलो सब तो पहले सलाम च पहल करो तो भाई वह फिर मैं जदों तुहाडे नाल मिलनी आ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਸਲਾਮ ਠੋਕ ਦਿੰਦੀ ਹਾਂ ਅਤੇ ਬਾਈ ਸਲਾਮ ਕਬੂਲ ਕੀਜੀਏ ਹਮਾਰਾ ਸਲਾਮ ਕਬੂਲ ਕੀਜੀਏ ਅਤੇ ਹੁਣ ਅਸੀਂ ਚੱਲੇ ਹਾਂ ਵੈਸੇ ਦੇਖੋ ਕਿੱਡੀ ਇੱਕ ਹੈਰਤ ਅੰਗੇਜ਼ ਆ ਵੀ ਗੱਲ ਹੈ ਕਿ ਪਾਕਿਸਤਾਨ ਜਾਓ ਅਤੇ ਖਾ ਖਾ ਕੇ ਵਜ਼ਨ ਵਧਾਓ ਉਹ ਵਜ਼ਨ ਇੰਨਾ ਵੱਧ ਜਾਂਦਾ ਕਿ ਫਿਰ ਤੁਸੀਂ ਗੋਲ ਗੱਪੇ ਵਾਲਾ ਆਇਆ ਗੋਲ ਗੱਪੇ ਲਾਇਆ ਉਹ ਗੋਲ ਗੱਪੇ ਬਣ ਕੇ ਵਾਪਸ ਆ ਜਾਓ ਫਿਰ ਤੁਸੀਂ ਵਾਕ ਸ਼ੁਰੂ ਕਰ ਦਵੋ ਹੁਣ ਦੱਸੋ ਵਾਕ ਸ਼ੁਰੂ ਕਰਕੇ ਫਿਰ ਤੁਸੀਂ ਵਜ਼ਨ ਘਟਾਓ ਅਤੇ ਸਿਆਪੇ ਕਰੋ ਅਤੇ ਬਈ ਹੁਣ ਕਰਨਾ ਵਾਕ ਕਰਨੀ ਹੈ ਅਤੇ ਵਜ਼ਨ ਘਟਾਉਣਾ ਵੇ ਅਤੇ ਚਲੋ ਵੀ ਵਜ਼ਨ ਬੜੀ ਮੁਸ਼ਕਲਾਂ ਦੇ ਨਾਲ ਘੱਟਦਾ ਵੇ ਬਹੁਤ ਹੀ ਅਤੇ ਫਿਰ ਤੁਸੀਂ ਪਾਕਿਸਤਾਨ ਟੁਰ ਜਾਓ ਉਦੋਂ ਤੱਕ ਪਾਕਿਸਤਾਨ ਦਾ ਅਗਲਾ ਟੂਰ ਤਿਆਰ ਅਤੇ ਫਿਰ ਵਜ਼ਨ ਵਧਾਓ ਅਤੇ ਕੋਈ ਅਜੀਬ ਹੀ ਕਹਾਣੀ ਚੱਲ ਰਹੀ ਸਾਡੀ ਜ਼ਿੰਦਗੀ 'ਚ ਵਜ਼ਨ ਘਟਾਓ ਅਤੇ ਵਜ਼ਨ ਵੱਧ ਜਾਂਦਾ ਫਿਰ ਘਟਾਓ ਇਹ ਤਾਂ ਬਿਲਕੁਲ ਸਾਡੇ ਪਾਕਿਸਤਾਨੀ ਸਿਆਸਤ ਹੋ ਗਈ ਹੈ ਹਕੂਮਤ ਡਗਾਓ ਹਕੂਮਤ ਨੂੰ ਫਿਰ ਸਿੱਧੀਆਂ ਕਰੋ ਕਿਸੇ ਹੋਰ ਨੂੰ ਲਿਆਓ ਫਿਰ ਕਿਸੇ ਹੋਰ ਨੂੰ ਡਗਾਓ ਅਤੇ ਫਿਰ ਕਿਸੇ ਹੋਰ ਨੂੰ ਸਿੱਧੀਆਂ ਕਰੋ ਬਸ ਇਹ ਮਸਲਾ ਜੇ ਸਾਡੇ ਨਾਲ ਵੀ ਅਤੇ ਅੱਜ ਬੜੇ ਦਿਨਾਂ ਤੋਂ ਬਾਅਦ ਜਿਹੜੀ ਨਾ ਚੱਪਲ ਪਾਈਏ ਵਰਨਾ ਤਾਂ ਬੂਟ ਪਾ ਕੇ ਨਿਕਲਣਾ ਪੈਂਦਾ ਵੀ ਇੱਥੇ ਇਹ ਬੜੀ ਮੁਸੀਬਤ ਹੈ ਕਿੰਨੀ ਠੰਡ ਹੁੰਦੀ ਹੈ ਅਤੇ ਫਿਰ ਸਾਨੂੰ ਚੱਪਲ ਪਾਉਣੀ ਅੱਜ ਮੈਂ ਚੱਪਲ ਪਾਈਏ ਬੜੇ ਦਿਨਾਂ ਬਾਅਦ ਬੜਾ ਮਜ਼ਾ ਪਿਆ ਆਉਂਦਾ ਬੜਾ ਚੰਗਾ ਪਿਆ ਲੱਗਦਾ ਵੇ ਬੜੇ ਦਿਨੋਂ ਕੇ ਬਾਅਦ ਇਨ ਪੈਰੋਂ ਮੇ ਆਜ ਚੱਪਲ ਡਾਲੀ ਹੈ ਅਤੇ ਬਚਪਨ ਯਾਦ ਆ ਗਿਆ ਬਚਪਨ ਜਿਹੜਾ ਵੇ ਉਹ ਭੁੱਲਦਾ ਨਹੀਂ ਹੈ ਬਚਪਨ ਦੀ ਚਲੋ ਅਸੀਂ ਅੱਜ ਇਹ ਗੱਲ ਯਾਦ ਕਰਨੇ ਹਾਂ ਕਿ ਜਦੋਂ ਜੁੱਤੀ ਆਖਰੀ ਹੱਦ ਤੱਕ ਟੁੱਟ ਜਾਂਦੀ ਸੀ ਨਾ ਤਾਂ ਬਸ ਉਦੋਂ ਤੱਕ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਇਹ ਨਹੀਂ ਕਿ ਬਈ ਤੁਸੀਂ ਜੁੱਤੀਆਂ ਨਵੀਆਂ ਤੋਂ ਨਵੀਆਂ ਲੈ ਲਵੋ ਅਤੇ ਤੁਸੀਂ ਨਵੇਂ ਤੋਂ ਨਵੀਆਂ ਖਰੀਦਦਾਰੀਆਂ ਕਰ ਲਓ ਐਸਾ ਕੋਈ ਮਜ਼ਾਕ ਨਹੀਂ ਹੁੰਦਾ ਸੀ ਜੁੱਤੀ ਟੁੱਟ ਜਾਂਦੀ ਸੀ ਤਾਂ ਮੋਚੀ ਦੀ ਖਿਦਮਤ ਹਾਸਲ ਕੀਤੀਆਂ ਜਾਂਦੀਆਂ ਸਨ ਉਹ ਇੱਕ ਕੱਪੜੇ ਦਾ ਥੈਲਾ ਹੁੰਦਾ ਸੀ ਹਰ ਘਰ ਵਿੱਚ ਕੱਪੜੇ ਦਾ ਥੈਲਾ ਹੁੰਦਾ ਸੀ ਤਣੀਆਂ ਵਾਲਾ ਹੁਣ ਵੀ ਹੈਗਾ ਹੁੰਦਾ ਪਰ ਬਹੁਤ ਘੱਟ ਹੋ ਗਿਆ ਹੁਣ ਤਾਂ ਪਲਾਸਟਿਕ ਦੇ ਸ਼ੋਪਿੰਗ ਬੈਗ ਜ਼ਿਆਦਾ ਆ ਗਏ ਨਾ ਉਹ ਕੱਪੜੇ ਦਾ ਥੈਲਾ ਹੁੰਦਾ ਸੀ ਉਹਦੇ ਵਿੱਚ ਫਿਰ ਨਾ ਚਲੋ ਬਈ ਜੁੱਤੀਆਂ ਪਾਓ ਜਿਹੜੀਆਂ ਗੰਢਾਣੀਆਂ ਨੇ ਸਾਰੀਆਂ ਇਕੱਠੀਆਂ ਕਰੋ ਅਤੇ ਅਕਸਰ ਇਸ ਤਰ੍ਹਾਂ ਹੁੰਦਾ ਸੀ ਕਿ ਫੁੱਫੋ ਹੋਰਾਂ ਵੱਲੋਂ ਕਿਸੇ ਨੇ ਜਾਣਾ ਅਤੇ ਪੱਪੂ ਨੇ ਸੁਨੇਹਾ ਭੇਜਣਾ ਕਿ ਪੋਚੀ ਵੀ ਦੂਰ ਹੁੰਦਾ ਸੀ ਅਤੇ ਬਈ ਕੋਈ ਜੁੱਤੀ ਗੰਢਾਣੀ ਹੈ ਤਾਂ ਭੇਜ ਦੇਵੋ ਬਈ ਚੱਲਿਆ ਬੰਦਾ ਅਤੇ ਜਾਂ ਫਿਰ ਆਬੂ ਨੇ ਕਹਿਣਾ ਜੁੱਤੀਆਂ ਚਲੋ ਬਈ ਗੰਢਾਣੀਆਂ ਨੇ ਥੈਲੇ 'ਚ ਪਾਓ ਅਤੇ ਉਹ ਸਾਰੀਆਂ ਜੁੱਤੀਆਂ ਥੈਲੇ 'ਚ ਪਾਉਣੀਆਂ ਅਤੇ ਉਹਨਾਂ ਨੂੰ ਫਿਰ ਮੋਚੀ ਦੀ ਖਿਦਮਤ 'ਚ ਜਾ ਕੇ ਪੇਸ਼ ਕਰਨਾ ਅਤੇ ਮੋਚੀ ਸਾਹਿਬ ਨੇ ਫਿਰ ਉਹਦੇ ਡੰਡਾਂ ਜੋੜਨੀਆਂ ਨੂੰ ਐਸਾ ਟਾਂਕੇ ਲਾਉਂਦੇ ਸਨ ਕੋਨਿਆਂ ਤੋਂ ਕਿਸੇ ਦੀ ਅੱਗੋਂ ਟੁੱਟੀ ਹੁੰਦੀ ਸੀ ਬਦਰੀ ਕਿਸੇ ਦੀ ਪਿਛਲੀ ਪਾਸੇ ਦੀ ਬਰਾਂ ਨੂੰ ਸਾਰੀ ਰਿਪੇਅਰ ਕਰਾ ਕੇ ਆ ਜਾਣੀਆਂ ਉਹ ਫਿਰ ਟੁੱਟ ਜਾਂਦੀ ਸੀ ਫਿਰ ਰਿਪੇਅਰ ਫਿਰ ਟੁੱਟ ਜਾਂਦੀ ਸੀ ਫਿਰ ਰਿਪੇਅਰ ਜ਼ਿਆਦਾ ਫਰੀ ਨਾ ਹੋ ਜਾਓ ਤਾਂ ਕੁਦਾ ਜੁੱਤੀ ਦਾ ਆਖਰੀ ਕਚਰਾ ਨਹੀਂ ਨਿਚੋੜ ਲਿਆ ਜਾਂਦਾ ਸੀ ਤਲਾ ਬਸ ਇਸ ਤਰ੍ਹਾਂ ਹੋ ਜਾਂਦਾ ਸੀ ਉਦੋਂ ਤੱਕ ਨਵੀਂ ਜੁੱਤੀ ਨਹੀਂ ਮਿਲਦੀ ਸੀ ਅਤੇ ਫਿਰ ਜਦ ਫਿਰ ਵੀ ਤਲਾ ਠੀਕ ਹੈ ਤਾਂ ਵਧਣਾ ਜਣੀਆਂ ਨੇ ਨਾ ਉਹਨੂੰ ਵਧਣਾ ਕਹਿੰਦੇ ਸਨ ਉਹ ਗੰਢਾ ਕੇ ਉਹ ਫਿਰ ਨਵੀਆਂ ਪੈ ਜਾਂਦੀਆਂ ਸਨ ਚਲੋ ਬਈ ਇਹ ਪਾਓ ਇਸ ਤਰ੍ਹਾਂ ਕਰਕੇ ਬਚਪਨ ਗੁਜ਼ਰਿਆ ਕਿ ਨਵੀਂ ਜੁੱਤੀ ਵੀ ਬੜੇ ਉਹ ਕੀ ਕਹਿੰਦੇ ਨੇ ਪ੍ਰੀਤਾਂ ਦੇ ਨਾਲ ਮਿਲਦੀ ਹੁੰਦੀ ਸੀ ਪ੍ਰੀਤੋ ਮੈਨਾ ਵਿਆਹ ਕਰ ਲੈ ਬੇਬੇ ਨਾ ਸਲਾਹ ਕਰ ਲੈ ਪ੍ਰੀਤੋ ਮੈਨਾ ਵਿਆਹ ਕਰ ਲੈ ਅਤੇ ਪ੍ਰੀਤੋ ਮੈਨਾ ਵਿਆਹ ਕਰ ਲੈ ਹਿਸਾਬ ਹੈ ਕਿ ਬੜੀ ਮੁਸ਼ਕਲ ਨਾਲ ਜੁੱਤੀ ਮਿਲਦੀ ਹੁੰਦੀ ਸੀ ਅਤੇ ਇੱਕ ਦੂਸਰੇ ਦੀ ਜੁੱਤੀ ਵੀ ਪਾ ਲਈ ਜਾਂਦੀ ਸੀ ਘੱਟ ਹੁੰਦੀਆਂ ਸੀ ਜੁੱਤੀਆਂ ਬੱਚੇ ਜ਼ਿਆਦਾ ਨੇ ਚਲੋ ਤੇਰੀ ਜੁੱਤੀ ਪਾ ਕੇ ਜ਼ਰਾ ਚੱਲੇ ਆ ਇੱਕ ਦੂਸਰੇ ਕੋਈ ਜੁੱਤੀ ਮੰਗ ਕੇ ਵੀ ਪਾ ਲਈ ਜਾਂਦੀ ਸੀ ਦੇ ਦੇ ਯਾਰ ਸਾਨੂੰ ਥੋੜ੍ਹੀ ਦੇਰ ਲਈ ਪਾਉਣਾ ਸ਼ਾਦੀ ਵਿਆਹ ਕੋਈ ਐਸਾ ਫੰਕਸ਼ਨ ਇੱਕ ਦੂਸਰੇ ਦੀਆਂ ਜੁੱਤੀਆਂ ਕੱਪੜੇ ਮੰਗ ਕੇ ਕਜ਼ਨਸ ਵਗੈਰਾ ਅਸੀਂ ਪਾ ਲੈਂਦੇ ਹੁੰਦੇ ਸਾਂ ਕਿ ਬਈ ਇਹ ਸੂਟ ਮੇਰਾ ਤੂੰ ਪਾ ਲੈ ਤੇਰਾ ਮੈਂ ਪਾ ਲੈਂਦੀ ਹਾਂ ਇਸ ਤਰ੍ਹਾਂ ਕਰਕੇ ਟਾਈਮ ਗੁਜ਼ਰਦਾ ਸੀ ਅੱਜ ਕੱਲ੍ਹ ਅਲਮਾਰੀਆਂ ਸ਼ੂ ਰੈਕ ਭਰੇ ਪਏ ਨੇ ਜੁੱਤੀਆਂ ਦੇ ਨਾਲ ਉਹ ਜ਼ਮਾਨੇ ਯਾਦ ਆਉਂਦੇ ਨੇ ਕਿ ਜਦੋਂ ਸਾਨੂੰ ਕਿਸਮਤ ਦੇ ਨਾਲ ਜੁੱਤੀ ਮਿਲਦੀ ਸੀ
ਖਾਣ ਨੂੰ ਬਥੇਰੀਆਂ ਮਿਲਦੀਆਂ ਸਮਾਨ ਨਾਲ। ਜੇ ਤੁਸੀਂ ਅੱਬੂ ਕੋ ਇੰਨਾ ਡਰ ਲੱਗਦਾ ਸੀ ਅੱਬੂ ਕਹਿੰਦਾ ਆ ਜਾਓ ਵੀ ਸਿੱਧੇ ਹੋ ਜਾਓ, ਛਿੱਤਰ ਅੱਬੂ ਦਾ ਹਰ ਵੇਲੇ ਤਿਆਰ ਹੁੰਦਾ ਸੀ, ਮਾਰਦੇ ਤਾਂ ਨਹੀਂ ਸਾਨੂੰ ਪਰ ਡਰਾਵਾ ਬਹੁਤ ਹੁੰਦਾ ਸੀ ਮਾਂ ਬਾਪ ਦਾ, ਇੰਨਾ ਡਰਾਵਾ ਹੁੰਦਾ ਸੀ ਕਿ ਤੁਸੀਂ ਖੌਫ ਦੇ ਮਾਰੇ ਕੋਈ ਕੰਮ ਐਸਾ ਨਹੀਂ ਕਰਦੇ ਸੋ। ਅੱਬੂ ਦੇ ਛਿੱਤਰ ਦਾ ਬੜਾ ਡਰ ਹੁੰਦਾ ਸੀ ਬਈ। ਅਤੇ ਬੜਾ ਅੱਛਾ ਮੌਸਮ ਹੈ, ਚੱਲਦੀ ਜਾ ਰਹੀ ਹਾਂ ਚੱਲਦੀ ਜਾ ਰਹੀ ਹਾਂ। ਅਤੇ ਬਸ ਹੁਣ ਜਿਹੜਾ ਥੋੜ੍ਹਾ ਥੋੜ੍ਹਾ ਸਾਹ ਫੁੱਲ ਰਿਹਾ, ਪਰ ਕੋਈ ਗੱਲ ਨਹੀਂ ਬਈ, ਪਾਕਿਸਤਾਨ ਜਾਣ ਵਾਸਤੇ ਬੜੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਇੱਕ ਕੁਰਬਾਨੀ ਇਹ ਵੀ ਸਹੀ ਕਿ ਅਸੀਂ ਵਾਕ ਕਰ ਰਹੇ ਹਾਂ, ਅਤੇ ਫਿਰ ਅਸੀਂ ਮਿਲਦੇ ਹਾਂ ਤੁਹਾਡੇ ਨਾਲ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅਤੇ ਅੱਲਾ ਹਾਫਿਜ਼ ਅਤੇ ਰੱਬ ਰਾਖਾ।